ਭਾਵੇਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਆਪਾਂ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇ ਰਹੇ ਹਾਂ, ਵਧੀਆ ਸਹੂਲਤਾਂ ਦੇ ਰਹੇ ਹਾਂ, ਪਰ ਜੇ ਗੱਲ ਕੀਤੀ ਜਾਵੇ ਹਕੀਕਤ ਦੀ ਤਾਂ ਹਕੀਕਤ ਜਿਹੜੀ ਆ ਕੋਸਾਂ ਦੂਰ ਹੈ। ਗੱਲ ਕੀਤੀ ਜਾਵੇ ਪਠਾਨਕੋਟ ਦੇ ਪਟਵਾਰੀਆਂ ਦੀ, ਤਾਂ ਇੱਕ ਪਟਵਾਰੀ ਇਹੋ ਜਿਹਾ ਜੋ ਕਿ ਇੱਕ ਇਨਸਾਨ ਨੂੰ ਲਗਾਤਾਰ ਜਿਹੜਾ ਤੰਗ ਕਰਦਾ ਪਿਆ, ਉਹ ਇਨਸਾਨ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਾਂਗੇ। ਅੰਕਲ ਜੀ ਕੀ ਨਾਂ ਤੁਹਾਡਾ? ਮੈਂ ਜਗਿੰਦਰ ਬਾਲਾ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਚਾਰ ਮਹੀਨੇ ਕੋਲ ਰਾਮ ਕਰਦਾ ਜੀ। ਅਤੇ ਕੀ ਮਾਮਲਾ ਹੈ ਪਟਵਾਰੀ ਦਾ, ਅਤੇ ਕਿੰਨੇ ਪੈਸੇ ਤੁਹਾਡੇ ਕੋਲ ਲਏ ਇਹਨਾਂ, ਅਤੇ ਕਿਸ ਗੱਲ ਦੇ ਲਏ ਨੇ? 60,000 ਇੱਕ ਲਿਆ, 1,000 ਰੁਪਏ ਇੱਕ ਲਿਆ ਆ। 60,000 ਨੇ ਲਿਆ, ਸੇਵਾ ਸਿੰਘ ਦੇ ਘਰ ਨੂੰ ਲਿਆ ਕੇ ਬੁਲਾ ਕੇ ਕਹਿੰਦਾ ਮੈਂ ਉੱਥੇ ਆ ਮੇਰੇ ਕੋਲ ਆਦਰ ਕਾਗਜ਼ ਤੋਂ ਕਢਾ ਦਿੰਦੇ ਹਾਂ। ਉਹ ਕੋਲ ਫਿਰ ਲਿਆ ਕੇ ਮੈਨੂੰ 7,000 ਲਿਆ ਕੇ ਮੈਂ ਪੈਸੇ ਲੈ ਜਿਵੇਂ ਪਾ ਲਏ। ਮੈਨੂੰ ਕਹਿੰਦਾ ਚੱਲ ਦਫ਼ਤਰ ਆ, ਦਫ਼ਤਰ ਕੋਲ ਕੋਈ ਪੈਸਾ ਨਹੀਂ ਦਿੱਤਾ, ਨਾ ਮੈਨੂੰ ਪੈਸੇ ਕਾਗਜ਼ ਦੇ ਦਿੱਤੇ ਆ। ਫਿਰ ਮੈਨੂੰ ਟਰਕਾਈ ਜੀ ਮੇਰੇ ਕੋਲ ਕੱਲ੍ਹ ਲਾਵੇ ਪਰਸੋਂ ਕੋਈ ਪੈਸਾ ਨਹੀਂ ਦਿੱਤਾ ਮੈਨੂੰ। ਮੇਰੀ ਚਾਰ ਕਨਾਲ ਪੰਦਰਾਂ ਮਾਣੀ ਜਗ੍ਹਾ ਗਈ ਤੇਜਾ ਸਿੰਘ ਦੇ ਨਾਂ ਦੇ ਉੱਤੇ, ਸਾਡਾ ਪਿਓ ਦਾ ਨਾਂ ਤੇਜਾ ਸਿੰਘ ਦਾ ਨਾਂ ਆ। ਅਤੇ ਮੈਨੂੰ ਉਹਨੇ ਟਰਕਾਈ ਆਉਣ ਦਿਆ, ਮੈਨੂੰ 5-4 ਸਾਲ ਗਏ, ਮੈਨੂੰ ਕੁਛ ਨਹੀਂ ਮੈਂ ਪੱਲੇ ਪਾਉਣ ਦਿਆ, ਮੈਨੂੰ ਠੱਗੀ ਮਾਰੀ ਨੇ ਮੈਂ ਜੋਤੀ ਵੱਲੋਂ ਪਟਵਾਰੀ ਨੇ। ਇਸ ਸੰਬੰਧੀ ਕਿਸੇ ਵੱਡੇ ਅਧਿਕਾਰੀ ਨਾਲ ਤੁਸੀਂ ਗੱਲ ਕੀਤੀ? ਮੈਂ ਗੱਲ ਕੀਤੀ ਕਿਸੇ ਨਾ ਕੀਤੀ, ਮੇਰੇ ਨਾਲ ਕੋਈ ਉਹ ਕਹਿੰਦਾ ਉਹ ਟਾਈਮ ਨਹੀਂ ਹੈ। ਹਾਂਜੀ, ਕੀ ਮੰਗ ਕਰਦੇ ਤੁਸੀਂ? ਮੇਰੀ ਮੰਗ ਉਹੀ ਆ ਕਿ ਮੇਰੀ ਪਿਓ ਦੀ ਜਾਇਦਾਦ ਆ ਤੇਜਾ ਸਿੰਘ ਦੀ, ਉਹ ਮਾਲਕ ਪੁੱਤਰ ਹੁੰਦਾ ਆ ਉਹ ਡੈਡ ਹੋ ਗਏ ਆ। ਮਤਲਬ ਕਿ ਉਹ ਕਾਗਜ਼ ਤੁਹਾਡੇ ਕਿਉਂ ਡੱਕੇ ਜਾ ਰਹੇ ਨੇ ਲੱਗਦਾ ਹੁਣ ਕੁਛ? ਕੀ ਵਿਆਹ ਬਾਰੇ 20 ਲੱਖ ਦਿੱਤਾ ਆ ਪੁੰਡਰਾਂ ਨੇ, ਇਹ ਕਾਗਜ਼ ਪੱਤਰ ਕੱਟ ਕੇ ਨਹੀਂ ਦੇਣੇ, ਇਹ ਮੈਨੂੰ ਕਾਗਜ਼ ਪੱਤਰ ਕੱਟ ਕੇ ਨਹੀਂ ਦੇਣ ਦੇਦਾ। ਹੈਂ, ਉਹਨੇ ਮੇਰੇ 'ਤੇ ਬੜਾ ਉਹਨੇ ਗਾਣਾ ਛੋਟਾ ਚਲਾ ਕੇ ਮੇਰੇ ਦੰਦ ਤੋੜਿਆ, ਮੇਰੀ ਬਾਂਹ ਦੀ ਉਂਗਲ ਤੋੜੀ ਹੈਗੀ ਆ, ਧਿੱਖੇ ਨਾਲ ਚਾਰ ਦੋ 5 ਫੁੱਟ 4 ਦੋ ਉਡਾ ਲਈ ਹੈਗੀ ਆ। ਮੈਂ ਉੱਥੇ ਜਾਵਾਂ, ਮੈਂ ਪੈਣਾ ਭੈਣਾਂ ਦੇ ਗਾਣਾ ਕਰਦਾ, ਚੂੜਿਆ ਖੰਜਲਾ ਕੁੱਤਿਆ, ਜੇ ਇੱਥੇ ਆ ਗੋਲੀ ਮਾਰ ਦੇ ਵੱਢ ਦੇ ਨੱਪ ਦਾਂ ਇੱਥੇ, ਮੈਨੂੰ ਪੱਲੇ ਕੋਲ ਨਹੀਂ ਪਾਉਣ ਦਿਆ। ਮੈਂ ਬਹੁਤ ਮੰਗ ਕੀ ਤੁਹਾਡੀ? ਮੇਰੀ ਮੰਗ ਆ ਮੇਰੀ ਯਾਦ ਹੈ ਪਿਓ ਦੀ ਚਾਹੀਦੀ ਸੀ। ਪਟਵਾਰੀ ਜੋਤੀ ਹੈ, ਪਟਵਾਰੀ ਹੈ ਜਾਂ ਪਟਵਾਰੀ ਕੋਲ ਕੰਮ ਕਰਦਾ? ਇਹ ਕੰਮ ਕਰਦਾ, ਪਟਵਾਰੀ ਦਾ ਕੰਮ ਕਰਦਾ ਹੈਗਾ ਆ, ਉੱਥੇ ਪਟਵਾਰੀ ਦੇ ਨਾਲ ਹੀ। ਇਹਨੇ ਮੈਂ ਕੋਈ 60 ਲਿਆ, 1,000 ਇੱਕ ਲਿਆ ਇਹਨੇ। ਇਹ ਸੀਗੇ ਜੋਗਿੰਦਰਪਾਲ ਜੋ ਕਿ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਦਾ ਕਹਿਣਾ ਕਿ ਮੇਰੇ ਕੋਲ 60,000 ਰੁਪਿਆ ਇੱਕ ਅਤੇ 1,000 ਰੁਪਏ ਮਤਲਬ 61,000 ਰੁਪਏ ਜਿਹੜਾ ਇਹਦੇ ਕੋਲ ਲਿਆ ਗਿਆ, ਪਰ ਇਹਦਾ ਜਿਹੜਾ ਕੰਮ ਹੈ ਉਹ ਨਹੀਂ ਕਰਕੇ ਦਿੱਤਾ ਜਾ ਰਿਹਾ। ਆਪਾਂ ਇਸ ਸੰਬੰਧੀ ਜਿਹੜਾ ਜੋਤੀ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ 'ਤੇ। ਸਾਡੀ ਪ੍ਰਸ਼ਾਸਨ ਅੱਗੇ ਮੰਗ ਕਿ ਇਹਨਾਂ ਦੀ ਜਿਹੜੀ ਗੱਲ ਸੁਣੀ ਜਾਵੇ, ਕਿਉਂਕਿ ਜਿਹੜੇ ਐਡੀ ਵੱਡੀ ਠੱਗੀ ਮਾਰਨ ਦੇ ਬਾਵਜੂਦ ਵੀ ਜਿਹੜੇ ਬੰਦੇ ਆ ਉਹ ਕੰਮ ਕਰ ਰਹੇ ਨੇ ਅਤੇ ਲੋਕਾਂ ਨੂੰ ਹੋਰ ਵੀ ਠੱਗੀਆਂ ਕਿਤੇ ਮਾਰਦੇ ਹੋਣਗੇ। ਤੁਸੀਂ ਜੁੜੇ ਰਹੋ KRT ਨਿਊਜ਼ ਨਾਲ ਅਤੇ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਕੰਮ ਕਰ ਰਹੇ ਜੋਗਿੰਦਰਪਾਲ ਵੱਲੋਂ ਜੋਤੀ ਪਟਵਾਰੀ ਜੋ ਕਿ ਕਥਿਤ ਪਟਵਾਰੀ ਜਿਹਨੂੰ ਕਿਹਾ ਜਾ ਰਿਹਾ, ਉਹਦੇ ਉੱਪਰ ਜਿਹੜੇ ਆਰੋਪ ਲਗਾਏ ਗਏ ਸੀਗੇ। ਜੋਤੀ ਨਾਂ ਦੇ ਵਿਅਕਤੀ ਨਾਲ ਜਦੋਂ ਆਪਾਂ ਫੋਨ 'ਤੇ ਗੱਲਬਾਤ ਕੀਤੀ ਹੈ, ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਆਰੋਪ ਉਹਦੇ ਉੱਪਰ ਲਗਾਏ ਜਾ ਰਹੇ ਨੇ ਉਹ ਨਿਰਾਧਾਰ ਹੈ, ਔਰ ਮੈਂ ਇਸ ਮਾਮਲੇ ਨੂੰ ਲੈ ਕੇ ਜਿਹੜਾ ਕੋਰਟ ਦਾ ਰੁਖ ਕਰਾਂਗਾ। ਏਵਨ ਹੈਂਡੀਕ੍ਰਾਫਟ ਮੈਟਲ ਵਰਲਡ ਕੀ ਦੁਨੀਆ ਮੇਂ ਆਪਕਾ ਸਵਾਗਤ ਹੈ। ਕਿਸੇ ਵੀ ਤਰ੍ਹਾਂ ਕੀ ਇਮਾਰਤ ਬਣਾਨੇ ਕੇ ਬਾਅਦ ਚਿੰਤਾ ਹੋਤੀ ਹੈ ਕਿ ਉਸੇ ਸਜਾਨੇ ਕੀ, तो इस चिंता को भूल कर सजाइए अपने सपनों का घर, ऑफिस, होटल, रिसॉर्ट या फिर अपने कारोबारी बिल्डिंग को। फिर चाहे वह वास्तु के हिसाब से हो या फिर आधुनिक शैली के हिसाब से, हर तरह की वैरायटी मिलेगी आपको केवल A1 हैंडीक्राफ्ट पठानकोट में। द मेटल डेकोर वर्ल्ड एंड द लार्जेस्ट स्टॉक कीपिंग यूनिट ऑफ मेटल डेकोर इन द रीजन। A1 हैंडीक्राफ्ट पठानकोट है मैन्युफैक्चरर्स, कस्टमाइजर्स, इनोवेटर्स, थोक सप्लायर्स एंड होलसेलर। A1 हैंडीक्राफ्ट पठानकोट की सबसे बड़ी खासियत है कि इनके द्वारा बनाया गया हर प्रोडक्ट जंग रहित प्रोडक्ट है। जी हाँ, रस्ट फ्री। A1 हैंडीक्राफ्ट पठानकोट के पास वॉल आर्ट, वर्सेस एंड प्लांटर्स, मिरर एंड क्लॉक्स, फोर फ्लोर एंड टेबल लैम्प, कंसोल्स एंड नेस्टिंग टेबल्स, फिंगरिंग्स एंड स्टैचू एंड मच मोर। A1 हैंडीक्राफ्ट्स वी अंडरटेक इंटीरियर मेटल डेकर प्रोजेक्ट्स। ये सब मिलेंगे आपको एक ही छत के नीचे। पंजाब, हिमाचल प्रदेश और जम्मू कश्मीर के लिए भी थोक और परचून की सेवा उपलब्ध है। इन दिनों मिलेगा आपको स्पेशल डिस्काउंट। एक बार जरूर आइए और मौका दीजिए A1 हैंडीक्राफ्ट पठानकोट को आपके सपनों की दुनिया को सजाने का। A1 हैंडीक्राफ्ट स्ट्रीट एडजॉइनिंग A1's केक्स एंड पेक्स नज़दीक पीर बाबा चौक ढांगो रोड पठानकोट। आप इन नंबरों पर भी संपर्क कर सकते हैं 9417604147 या फिर 9780546468।